ਹੈਲੋ ਹੈਲੋ, ਇੱਕੋ ਘੱਟ ਕਰ ਇਹ 'ਚ ਅਤੇ ਬੜੇ ਜ਼ਿਆਦਾ ਇਹਦੀ ਵੋਕਲ. ਸਭ ਤੋਂ ਪਹਿਲਾਂ ਸਾਡੀ ਸੁਰੀਲੀ ਭੈਣ ਅਮਰਜੋਤ ਜੀ, ਉਹਨਾਂ ਦੇ ਵੱਡਾ ਕਿਸੇ ਛੋਟਾ ਇਹ ਛੋਟਾ ਲਿਆ ਕੱਲ੍ਹ ਸੀਗਾ, ਕੱਲ੍ਹ ਮੈਂ ਬਿਜ਼ੀ ਸੀਗਾ, ਨਹੀਂ ਤਾਂ ਦੋਏ ਦਿਨ ਮੈਂ ਹਾਜ਼ਰੀ ਲਾਉਣੀ ਸੀ. ਅਤੇ ਅੱਜ ਅਸੀਂ ਰਿਸੈਪਸ਼ਨ 'ਚ ਇਕੱਠੇ ਹੋਏ ਹਾਂ. ਮੁਬਾਰਕਾਂ ਦੋਨਾਂ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ. ਕੱਲ੍ਹ ਤਾਂ ਮੇਲਾ ਲੱਗਿਆ ਸੀ ਕਹਿੰਦੇ. ਇਹ ਸਭ ਤੁਹਾਡਾ ਪ੍ਰਸਾਦ ਹੈ ਕਿ ਤੁਹਾਡਾ ਸਭ ਨਾਲ ਕਿੰਨਾ ਮੇਲ ਮਿਲਾਪ. ਸੋ ਸਾਰੇ ਪਿਆਰ ਦੇ ਨਾਲ ਆਉਂਦੇ ਬਹੁਤ ਪਰਮਾਤਮਾ ਨੂੰ ਬਹੁਤ ਜ਼ਿਆਦਾ ਕਿਰਪਾ ਕਰੇ. ਅੱਜ ਬੈਂਡ ਬੜਾ ਸਾਰਾ ਸੁਰੀਲਾ, ਸਾਡੀ ਕੁੜੀ ਆ ਅਤੇ ਸੁਰੀਲੀ ਬਹੁਤ ਜ਼ਿਆਦਾ. ਕੈਲੀ ਸਾਹਿਬ, ਮੈਂ ਤਾਂ ਕਾਲਜ ਪੜ੍ਹਦਾ ਹੁੰਦਾ ਸੀਗਾ 89 DAV ਕਾਲਜ ਹੁਸ਼ਿਆਰਪੁਰ, ਅਤੇ ਕੈਲੀ ਭਾਅ ਜੀ ਦੇ ਮਾਮਾ ਜੀ ਅਵਤਾਰ ਸਿੰਘ ਸੰਧੂ ਸਾਹਿਬ, ਉਹਨਾਂ ਨੇ ਮੈਨੂੰ ਗਜ਼ਲ ਤਿਆਰ ਕਰਵਾਈ ਸੀ ਇੱਕ, ਅਤੇ ਉਹਨਾਂ ਨੇ ਉਦੋਂ ਕਿਹਾ ਸੀ ਕਿ ਮੇਰਾ ਭਾਣਜਾ ਬਹੁਤ ਸੁਰੀਲਾ ਗਾਉਂਦਾ. ਅਤੇ ਸੁਰੀਲੇ ਜਿਹੜੇ ਮਾਂ ਪਿਓ ਨੂੰ ਤਾਂ ਬੱਚਾ ਵੀ ਸੁਰੀਲਾ ਹੀ, ਇਹਨੂੰ ਰੋਜ਼ ਹੀ ਸੁਣਦਾ ਮੈਂ ਕਈ ਵਾਰੀ. ਮਹਾਰਾਜ ਹੋਰ ਕਿਰਪਾ ਕਰੇ, ਭੈਰਵੀ ਵਜਾ ਦਿਓ ਮੜ ਜਾ. ਸਾਰਾ ਪਰਿਵਾਰ ਪਹੁੰਚੇ. ਚੀਮਾ ਭਾਅ ਜੀ ਸਪੈਸ਼ਲ ਕੱਲ੍ਹ ਹੀ ਕੈਨੇਡਾ ਤੋਂ ਆਏ ਨੇ, ਆਰ ਨੇ ਤੇਰਾ ਬਹੁਤ ਪਿਆਰਾ ਸੁਰੀਲਾ ਵੀਰ. ਬੱਬੂ ਬਰਾੜ ਬਹੁਤ ਕਮਾਲ ਦਾ ਸਾਡਾ ਗੀਤਕਾਰ ਅਤੇ ਸਾਡਾ ਪ੍ਰੋਡਿਊਸਰ ਵੀ ਹੈ. ਅਜੇ ਪ੍ਰੋਗਰਾਮ ਨਹੀਂ ਦਿੱਤਾ ਉਹਨੇ ਕੋਈ ਵੀ. ਜੇ ਹੁੰਦੀ ਸ਼ੀਸ਼ੇ ਕੋਲ ਜ਼ੁਬਾਨ, ਜਦ ਬੂਹੇ ਖਿੜਕੀਆਂ ਬੰਦ ਕਰਕੇ ਤੂੰ ਸ਼ੀਸ਼ੇ ਮੂਹਰੇ ਬਹਿ ਜਾਵੇਂ, ਸੱਜਣਾ ਤੂੰ ਬਚਾ ਕੇ ਰੱਖਦੀ ਜੋ ਉਹ ਗੱਲ ਸ਼ੀਸ਼ੇ ਨੂੰ ਕਹਿ ਜਾਵੇਂ, ਉਹ ਤੇਰਾ ਦਿਲ ਦੀ ਭਾਰਤ ਜਦ ਵੀ ਸ਼ੀਸ਼ਾ ਪੜਦਾ ਏ ਸੱਚ ਜਾਣੀ ਉਦੋਂ ਮੇਰਾ ਨੂਰ ਸੜਦਾ, ਫਿਰ ਮੇਰੇ ਸੰਗ ਅੜੀਏ ਨੀ ਤੂੰ ਕਾਹਦਾ ਰੁਸਣਾ ਸੀ, ਜੇ ਬੋਲਦਾ ਹੁੰਦਾ ਸ਼ੀਸ਼ਾ ਤੈਨੂੰ ਕੀ ਨਹੀਂ ਪੁੱਛਣਾ, ਜੇ ਹੁੰਦੀ ਸ਼ੀਸ਼ੇ ਨੇ ਤੇ ਕਹੋ ਸਰਾ ਸ਼ੀਸ਼ੇ ਨੇ
ਇਹ ਮਨਹਾਲ ਨਹੀਂ ਹੈਗਾ। ਅੱਛਾ ਤਾੜੀਆਂ ਦਿਲ ਮੇਰੀ ਜਾਨੀ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਅੱਧਾ ਘੰਟਾ ਹੋ ਗਿਆ ਚਲੋ ਦੀਪ ਚੰਦੀ ਵਜਾਓ ਫਿਰ ਅੱਜ ਤਾਰੀਆਂ ਦੀ ਰੋਏ ਮੇਰੀ ਜਾਨੀ ਆਪਾਂ ਮੈਂ ਬੜੀ ਕਮਾਲ ਦੀ ਗੱਲ ਇੱਕ ਪੁੱਛ ਰਿਹਾ ਸੀ ਨਾ ਜਦੋਂ ਸੂਟ ਪਟਿਆਲਾ ਸ਼ਾਹੀ ਇੰਨਾ ਨਹੀਂ ਹੱਸੇ ਤੁਸੀਂ ਗੱਲ ਜੀ ਬਾਬਾ ਜੀ ਆ ਜਾਓ ਹੁਣ ਤੁਸੀਂ ਆ ਜਾਓ ਬੱਬੂ ਬਾਜੀ ਬਰਾੜ ਸਾਹਿਬ ਚੀਮਾ ਸਾਹਿਬ ਨੂੰ ਲੈ ਕੇ ਆਓ ਆਰਨੇਤ ਮੇਰਾ ਬਹੁਤ ਹੀ ਸੁਰੀਲਾ ਛੋਟਾ ਵੀਰ ਉੱਧਰ ਨਹੀਂ ਉੱਧਰ ਨਹੀਂ ਉੱਧਰ ਨਹੀਂ ਉੱਧਰ ਨਹੀਂ ਉੱਧਰ ਨਹੀਂ
ਸਾਡਾ ਛੋਟਾ ਵੀਰ ਉਹ ਵੀ ਪਹੁੰਚਿਆ ਇੱਥੇ ਕੰਮੋ ਕਰਮਜੀਤ ਕੰਮੋ ਜੀ ਆਪ ਹੁਸਨ ਦੀ ਹੋਵੇ ਜੇ ਲਮੁਖੜੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਖੁਸ਼ੀ ਮੁੰਡੇ ਦੇ ਵਿਆਹ ਦੀ ਜੇ ਕਰਨੀ ਹੋਵੇ ਆਪ ਹੁਸਨ ਦੀ ਹੋਵੇ ਜੇ ਲਮੁਖੜੇ ਤੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਖੁਸ਼ੀ ਮੁੰਡੇ ਦੇ ਵਿਆਹ ਦੀ ਜੇ ਕਰਨੀ ਹੋਵੇ ਲੰਗੇ ਤੋਂ ਕੀਤੀ ਤਾਂ ਅਨਪੜਾ ਜੇ ਪੀਣ ਦਾ ਸ਼ੌਂਕ ਹੋਵੇ ਉਹ ਦਾਰੂ ਮੰਗ ਕੇ ਪੀਤੀ ਤਾਂ ਆਦ ਮਸ਼ੂਕ ਦੇ ਨਾਲ ਪਹਿਲੀ ਉਹ ਵੀ ਸੰਗ ਕੇ ਕੀਤੀ ਤਾਂ ਹੈ ਝੂਠ ਪਟਿਆਲਾ ਸ਼ਾਹੀ ਪੈਰਾਂ ਵਿੱਚ ਚੱਲ ਰਿਹਾ ਸੱਜੀ ਫਿਰਦੀ ਹੈ ਅੱਜ ਪਰੀਆਂ ਦੇ ਵਾਂਗ ਸ਼ਾਹੀ ਪੈਰਾਂ ਵਿੱਚ ਸੱਜੀ ਫਿਰਦੀ ਹੈ ਅੱਜ ਹੱਥ ਜੱਜ ਲੱਗਾ ਮੈਨੂੰ ਚੱਕਰ ਚ ਲਾਉਣ ਤਾਂ ਕੀ ਦੱਸ ਲੈਣਾ ਮੇਰੇ ਕਿੱਥੇ ਆਉਣ ਜਾਣ ਸਾਡੇ ਨਾਲ ਘੁੰਮਦੀ ਕਦੇ ਦਿਲ ਵਾਲੀ ਖੋਲਨੀ ਹੱਸੂ ਤੁਸ ਨੱਠੀ ਬੜੀ ਲੱਗਦੀ ਪਿਆਰੀ
ਕਰਮੀ ਤੈਨੂੰ ਪਸੰਦ ਕਰਮੀ ਤੈਨੂੰ ਪਿੱਛੋਂ ਬਾਜ ਮਾਰੀਆ ਪਸੰਦ ਕਰਮੀ ਤੈਨੂੰ ਪਿੱਛੋਂ ਬਾਜ ਮਾਰੀਆ ਮੇਰੀ ਯਾਦ ਨਹੀਂ ਰਹਿਣਾ।
ਚਾਹੇ ਤੁਸੀਂ ਕੌਣ ਹੋ ਗਏ ਉਹ ਜੱਟੀ ਨਹਦੇ ਜੱਟੀਆਂ ਦੇ ਰੱਬ ਯਾਦ ਨਹੀਂ ਕਹੀ ਰੱਬ ਜੱਟੀ ਨਹਦੇ ਰੱਬ ਯਾਦ ਨਹੀਂ ਕਹੀ ਇੰਨੀ ਹਾਜ਼ਰੀ ਕਬੂਲ ਸੀਮਾ ਭਾਜੀ।